ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸ਼ਗਨ ਟਰੱਸਲਾਈਨ ਤੋਂ। ਅੱਜ ਆਪਾਂ ਗੱਲ ਕਰਾਂਗੇ ਯੂਕੇ ਦੀ, ਯੂਕੇ ਸਟੱਡੀ ਪਰਮਿਟ। ਬਹੁਤ ਸਾਰੀਆਂ ਕਨਫਿਊਜ਼ਨਸ ਨੇ ਇਹਦੇ ਵਿੱਚ, ਜਿਵੇਂ ਕਿ ਜਨਵਰੀ ਇਨਟੇਕ ਦੇ ਵਿੱਚ ਜਿਹੜੇ ਰੂਲ ਚੇਂਜ ਹੋ ਚੁੱਕੇ ਨੇ, ਪਰ ਕੋਈ ਵੀ ਰੂਲ ਚੇਂਜ ਨਹੀਂ ਹੋਇਆ। ਤੁਸੀਂ ਵਿਦਾਊਟ ਆਈਲੈਟਸ ਜਨਵਰੀ ਇਨਟੇਕ ਵੀ ਅਪਲਾਈ ਕਰ ਸਕਦੇ ਹੋ, ਬਟ ਕੁਝ ਯੂਨੀਵਰਸਿਟੀਜ਼ ਨੇ ਜਿਹੜੀਆਂ ਕਿ ਤੁਹਾਡੀ ਇੰਗਲਿਸ਼ ਦੀ ਪਰਸੈਂਟ ਜਿਹੜੀ 70% ਲੈਣ ਲੱਗ ਗਈਆਂ ਨੇ। ਸੋ ਕੁਝ ਯੂਨੀਵਰਸਿਟੀ 60% ਹੀ ਲੈ ਰਹੀਆਂ ਨੇ। ਹੁਣ ਗੱਲ ਕਰਦੇ ਹਾਂ ਸੈਪਟੈਂਬਰ ਇਨਟੇਕ ਕਿੱਦਾਂ ਦਾ ਰਿਹਾ। ਸੈਪਟੈਂਬਰ ਇਨਟੇਕ 'ਚ ਮੋਸਟਲੀ ਯੂਨੀਵਰਸਿਟੀਆਂ ਨੇ ਤੁਹਾਡੀ ਇੰਟਰਵਿਊ ਲਈ ਹੈ। ਕੁਛ ਬੱਚਿਆਂ ਦੀ ਇੰਟਰਵਿਊ ਆਈ ਓ ਨਹੀਂ, ਕੁਛ ਬੱਚਿਆਂ ਦਾ ਆਫਰ ਲੈਟਰ ਹੀ ਨਹੀਂ ਆਇਆ। ਸੋ ਸਾਡੇ ਕੋਲ ਆਉਣ, ਅਸੀਂ ਉਹਨਾਂ ਨੂੰ ਵਿਦਇਨ 10 ਡੇਜ਼ ਆਫਰ ਲੈਟਰ ਪ੍ਰੋਵਾਈਡ ਕਰਵਾ ਦਾਂਗੇ ਜਨਵਰੀ ਇਨਟੇਕ ਦਾ। ਉਸ ਤੋਂ ਬਾਅਦ ਕੁਛ ਬੱਚਿਆਂ ਦੀ ਕੀ ਹੁੰਦੀ ਹੈ ਕਿ ਉਹ ਕ੍ਰੈਡੀਬਲ ਇੰਟਰਵਿਊ ਨਹੀਂ ਦੇ ਸਕਦੇ ਹੈਗੇ, ਉਹ ਵੀ ਅਸੀਂ ਉਹਨਾਂ ਦੀ ਆਪਣਾ ਵਿਦਆਊਟ ਇੰਟਰਵਿਊ ਤੋਂ ਜਿਹੜੇ ਕਿ ਉਹਨਾਂ ਦੀ ਐਡਮਿਸ਼ਨ ਹੈ ਉਹ ਕਨਫਰਮ ਕਰਵਾ ਦਾਂਗੇ ਜਨਵਰੀ ਇਨਟੇਕ ਦੇ ਲਈ। ਜੇਕਰ ਹੁਣ ਅਸੀਂ ਅਪਲਾਈ ਕਰਨ ਲੱਗੇ ਹਾਂ ਜਨਵਰੀ ਇਨਟੇਕ ਦੇ, ਅਤੇ ਜੇਕਰ ਤੁਹਾਡੇ ਪਲੱਸ ਟੂ ਤੁਸੀਂ 2017, 18, 19, 20, 16 ਦੇ ਵਿੱਚ ਵੀ ਪਾਸ ਆਊਟ ਹੋ ਤਾਂ ਵੀ ਤੁਸੀਂ ਸਾਨੂੰ ਇੱਕ ਵਾਰ ਕੰਟੈਕਟ ਕਰ ਸਕਦੇ ਹੋ। ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਬਹੁਤ ਹੀ ਗੋਲਡਨ ਓਪਰਚੁਨਿਟੀ ਹੈ। ਪਹਿਲਾਂ ਹੁੰਦਾ ਸੀਗਾ ਕਿ ਜਿਹੜਾ ਯੂਕੇ ਸੀ 2010 'ਚ ਬੰਦ ਹੋ ਗਿਆ ਸੀ, ਬਟ ਹੁਣ ਉਹ ਬਹੁਤ ਜ਼ਿਆਦਾ ਵੀਜ਼ੇ ਦੇ ਰਿਹਾ। ਸੋ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਹੈ ਆਇਲਸ ਦੇ ਵਿੱਚ ਜਾਂ ਡੋਲਿੰਗੋ ਟੈਸਟ 'ਚ ਜਾਂ PT ਦੇ ਵਿੱਚ, ਉਹ ਵਿਦਆਊਟ ਆਇਲਸ ਆਪਣਾ ਜਿਹੜਾ ਕੇਸ ਹੈ ਉਹ ਸਾਡੇ ਤੋਂ ਪ੍ਰੋਸੈਸ ਕਰਵਾ ਸਕਦੇ ਨੇ ਯੂਕੇ ਦੇ ਲਈ। ਜਿਹੜੀ ਕਿ ਉਹਨਾਂ ਦੀ ਫੀਸ ਹੋਊਗੀ ਉਹ 6 ਮਹੀਨੇ ਦੀ ਭਰ ਕੇ, ਅੰਬੈਸੀ ਫੀਸ ਅਤੇ ਇੰਸ਼ੋਰੈਂਸ ਭਰ ਕੇ ਉਹ ਜਾ ਸਕਦੇ ਨੇ ਯੂਕੇ। ਜਿਹੜੀ ਸਾਡੀ ਫੀਸ ਹੁੰਦੀ ਹੈ ਉਹ ਆਫਟਰ ਵੀਜ਼ਾ ਹੀ ਲਈ ਜਾਂਦੀ ਹੈ, ਅਤੇ ਸਾਡੀ ਕੰਪਨੀ ਹੈ ਜਿਹੜੀ ਉਹ ਬਹੁਤ ਹੀ ਜਲਦੀ ਤੋਂ ਜਲਦੀ ਜਿਹੜਾ ਕਿ ਤੁਹਾਡੇ ਆਫਰ ਲੈਟਰ ਨੇ ਉਹ ਪ੍ਰੋਵਾਈਡ ਕਰਵਾ ਦਿੰਦੀ ਹੈ। ਉਸ ਤੋਂ ਬਾਅਦ ਜਿਹੜੀ ਇਨ ਕੇਸ ਤੁਹਾਡੀ ਕੋਈ ਵੀ ਇੱਦਾਂ ਦੀ ਜਿਹੜੀ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਸੀ ਯੂਨੀਵਰਸਿਟੀ 'ਚ ਅਪਲਾਈ ਕਰਨਾ, ਅਤੇ ਉਹ ਯੂਨੀਵਰਸਿਟੀ ਇਨ ਕੇਸ ਤੁਹਾਡੇ ਤੋਂ ਇੰਟਰਵਿਊ ਲੈਂਦੀ ਹੈ, ਤਾਂ ਅਸੀਂ ਪ੍ਰਪਰੇਸ਼ਨ ਵੀ ਉਸ ਹਿਸਾਬ ਨਾਲ ਕਰਾਉਂਦੇ ਹਾਂ ਜਿੱਦਾਂ ਕਿ ਉਹ ਯੂਨੀਵਰਸਿਟੀ ਚਾਹੁੰਦੀ ਹੈ। ਹੁਣ ਗੱਲ ਆਉਂਦੀ ਹੈ ਕਿ ਯੂਕੇ ਹੀ ਕਿਉਂ ਜਾਈਏ। ਯੂਕੇ ਹੈ ਜਿਹੜਾ, ਯੂਕੇ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਕੈਨੇਡਾ ਹੈ ਉੱਥੇ ਪੁਆਇੰਟ ਸਿਸਟਮ ਸੀ ਪਹਿਲਾਂ PR ਦਾ, ਹੁਣ ਯੂਕੇ ਨੇ ਵੀ 1 ਜਨਵਰੀ ਤੋਂ ਪੁਆਇੰਟ ਸਿਸਟਮ ਸਟਾਰਟ ਕਰ ਦੇਣਾ, ਜਿਹਦੇ ਨਾਲ ਕਿ ਤੁਸੀਂ PR ਉਸੇ ਆਸਾਨੀ ਨਾਲ ਲੈ ਸਕਦੇ ਹੋ। ਅਤੇ ਹੋਰ ਵੀ ਜੇ ਕੋਈ ਜਾਣਕਾਰੀ ਲੈਣੀ ਹੋਵੇਗੀ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਥੈਂਕ ਯੂ।